ਸਤਿ ਸ੍ਰੀ ਅਕਾਲ ਪੰਜਾਬੀ ਮਾਮ ਕੁਕਿੰਗ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਉਮੀਦ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਰੈਸਪੀ ਲੈ ਕੇ ਆਏ ਹਾਂ ਮੂੰਗੀ ਮਸਰਾਂ ਦੀ ਦਾਲ ਦੀ ਤੇ ਜਿਹੜੀ ਬਹੁਤ ਹੈਲਦੀ ਜਿਹਦੇ ਵਿੱਚ ਬਹੁਤ ਸਾਰਾ ਪ੍ਰੋਟੀਨ ਨਾਲੇ ਆਪਣੀ ਗਰਮੀਆਂ ਦੀ ਡਿਸ਼ ਹੈਗੀ ਹੈ ਹਲਕੀ ਫੁਲਕੀ ਹੈਗੀ ਵੀ ਗਰਮੀਆਂ 'ਚ ਆਪਾਂ ਵੀ ਕਹਿੰਦੇ ਹਾਂ ਵੀ ਗਰਮੀ 'ਚ ਪਾਣੀ ਪੀਂਦੇ ਹਾਂ ਠੰਡਾ ਵੀ ਸਕਦੇ ਜੀ ਨਹੀਂ ਕਰਦਾ ਕੁਛ ਖਾਣ ਨੂੰ ਤੇ ਹਲਕੀ ਕਿਹੜੀ ਚੀਜ਼ ਬਣਾਈਏ ਸਭ ਤੋਂ ਬੈਟਰ ਹਲਕੀ ਇਹ ਦਾਲ ਹੈਗੀ ਇਹਦੀ ਰੈਸਪੀ ਹੈਗੀ ਹੈ ਤੇ ਮੈਂ ਲੱਗੀ ਸੀ ਬਣਾਉਣ ਆਪਣੇ ਘਰ ਤੇ ਮੈਂ ਚਲੋ ਸਾਰੇ ਆਪਣੇ ਵਿਊਸ ਨੂੰ ਦੱਸਦੀ ਹਾਂ ਵੀ ਇਹ ਤੁਸੀਂ ਖਾਓ ਤੇ ਚਲੋ ਆਪਾਂ ਦੱਸਦੇ ਹਾਂ ਤੁਹਾਨੂੰ ਆਪਾਂ ਇਹਦੇ ਵਾਸਤੇ ਕਿਹੜੀ ਕਿਹੜੀ ਚੀਜ਼ਾਂ ਚਾਹੀਦੀਆਂ ਨੇ ਇਹ ਦਾਲ ਵਾਸਤੇ ਆਪਾਂ ਪਾਣੀ ਰੱਖਿਆ ਹਜੇ ਵਾਲਾ ਨਹੀਂ ਆਇਆ ਤੇ ਗਰਮ ਹੁੰਦਾ ਪਿਆ ਹਾਈ ਹੀਟ ਤੇ ਰੱਖਿਆ ਇਹ 1 ਕੱਪ ਆਇਆ ਹੈ ਮੈਜ਼ਰਮੈਂਟ ਵਾਲਾ ਤੇ ਆਪਾਂ ਬਣਾ ਲਾਂਗੇ 1.5 ਕੱਪ ਬਣਾ ਲੈਨੇ ਆ 1.5 ਕੱਪ ਅਸੀਂ ਬਣਾਉਣ ਲੱਗੇ ਆ ਤੇ ਪਾਣੀ ਜਿਹਾ ਉਬਲ ਹੁਣ ਇਸ ਕੰਡੀਸ਼ਨ ਤੇ ਆਪਾਂ ਦਾਲ ਪਾ ਦੇਣੀ ਤੇ ਨਾਲੇ ਨਾ ਮੈਂ ਗਲਵਸ ਤਾਂ ਪਾਇਆ ਮੇਰੇ ਲੱਗੀ ਹੱਥ ਸੱਟ ਤੇ ਇਹਨੂੰ ਤਾਂ ਕੰਮ ਨਹੀਂ ਹੁੰਦਾ ਪਿਆ ਮੈਂ ਗਲਵਸ ਪਾ ਲਿਆ 5 ਕੁ ਮਿੰਟ ਤੱਕ ਇਹਨੂੰ ਵਾਲਾ ਆ ਜਾਣਾ ਥੋੜਾ ਵਾਲਾ ਆਉਂਦਾ ਪਿਆ ਥੋੜਾ ਥੋੜਾ ਤੇ ਜਦੋਂ ਚਿੱਟਾ ਝੱਗ ਜਿਹੜਾ ਝੱਗ ਆਪਾਂ ਜ਼ਰੂਰੀ ਉਤਾਰਨਾ ਦਾਲ ਦੇ ਵਿੱਚ ਫਿਰ ਉਹ ਬਾਅਦ 'ਚ ਜਦੋਂ ਦਾਲ ਕੁੱਕ ਹੋ ਜਾਂਦੀ ਤੇ ਉਹ ਖਿੱਟੇ ਜਿਹੇ ਵਿੱਚ ਬਣੇ ਰਹਿੰਦੇ ਨੇ ਤੇ ਉਹ ਸਾਰਾ ਆਪਾਂ ਉਤਾਰ ਦੇਣਾ ਹੈਗਾ ਆਪਣਾ ਤੜਕੇ ਦਾ ਸਮਾਨ ਇਹ ਪਿਆਜ਼ ਕੱਟੇ ਨਾ ਆਪਾਂ ਮੈਜ਼ਰਮੈਂਟ ਵਾਲਾ ਕੱਪ ਤੇ 1 ਟਮਾਟਰ ਹੈਗਾ ਤੇ 4.5 ਗ੍ਰੀਨ ਚਿੱਲੀ ਏ ਤੇ ਇਹ ਹੈਗੀ ਏ ਲਸਣ ਦੀਆਂ ਕਲੀਆਂ ਇਹ 18 ਨੇ ਤੇ ਅਸੀਂ ਇਹਨਾਂ ਨੂੰ ਪਾਣਾ ਕਿਉਂਕਿ ਅਦਰਕ ਨਹੀਂ ਪਾਣੀ ਅਦਰਕ ਇਹ ਕਹਿੰਦੇ ਨੇ ਸਾਡੇ ਮੂੰਹ 'ਚ ਆਉਂਦੀ ਫਿਰ ਮੈਂ ਇਸ ਕਰਕੇ ਲਸਣ ਜ਼ਿਆਦਾ ਐਡ ਕਰਨੀ ਪਈਆਂ ਵੀ ਇੱਕ ਚੀਜ਼ ਘਾਟੇ ਵਿੱਚੋਂ ਤੇ ਜੇ ਤੁਸੀਂ ਅਦਰਕ ਐਡ ਕਰਦੇ ਨਾ ਫਿਰ ਤੁਸੀਂ ਅੱਧੀ ਪਾਓ ਲਸਣ ਦੇ ਨਾਲ ਫਿਰ ਜਿਹੜਾ ਟੇਸਟ ਹੈ ਨਾ ਥੋੜ੍ਹਾ ਜ਼ਿਆਦਾ ਵੱਖਰਾ ਹੁੰਦਾ ਤੇ ਨਾਲੇ ਮੈਂ ਕੁੱਟ ਕੇ ਪਾਣੀ ਜਦੋਂ ਮੈਂ ਪਾਵਾਂਗੀ ਕੁੱਟਾਂਗੀ ਫਿਰ ਮੈਂ ਤੁਹਾਨੂੰ ਦੱਸਾਂਗੀ ਵੀ ਕੁੱਟਣ ਲੱਗੀ ਹਾਂ ਹੁਣ ਇਹ ਜਿਵੇਂ ਆ ਗਏ ਨਾ ਚਿੱਟਾ ਚਿੱਟਾ ਝੱਗ ਉੱਪਰ ਤੇ ਇਹ ਉਤਾਰ ਦੇਣਾ ਇੱਦਾਂ ਫਿਰ ਜਦੋਂ ਦਾਲ ਕੁੱਕ ਹੋ ਜਾਂਦੀ ਹੈ ਨਾ ਵਿੱਚ ਖਿੱਟੇ ਖਿੱਟੇ ਜਿਹੇ ਬਣ ਜਾਂਦੇ ਜਦੋਂ ਭਲਦੀ ਐਡ ਕਰ ਦਿੰਦੇ ਹਾਂ ਨਮਕ ਐਡ ਕਰ ਦਿੰਦੇ ਹਾਂ ਅਤੇ ਫਿਰ ਇਹ ਜੰਮ ਜਿਹਾ ਜਾਂਦਾ ਉੱਪਰ ਅੱਛਾ ਨਹੀਂ ਲੱਗਦਾ ਇਸ ਕਰਕੇ ਨਾ ਇਹਨੂੰ ਉਤਾਰਨਾ ਬਹੁਤ ਜ਼ਰੂਰੀ ਹੁੰਦਾ ਹੈ ਨਮਕ ਆਪਾਂ 1/2 ਟੀਸਪੂਨ ਪਾਉਣ ਲੱਗੇ ਹਾਂ ਅਤੇ ਨਮਕ ਚੈੱਕ ਕਰਕੇ ਬਾਅਦ 'ਚ ਪਾਵਾਂਗੇ ਨਮਕ ਸਵਾਦ ਅਨੁਸਾਰ ਅਤੇ 1/2 ਟੀਸਪੂਨ ਮੈਂ ਹਲਦੀ ਐਡ ਕੀਤੀ ਕਿਉਂਕਿ ਹਲਦੀ ਇਹਦੇ ਵਿੱਚ ਘੱਟ ਜਾਂਦੀ ਹੈ ਕਿਉਂਕਿ ਇਹ ਦਾਲ ਪੀਲੀ ਹੈ ਅਤੇ ਜ਼ਿਆਦਾ ਪਾ ਦਿੰਦੇ ਫਿਰ ਲਾਲ ਲਾਲ ਕਲਰ ਹੋ ਜਾਂਦਾ ਮੈਂ ਇੰਨੀ ਐਡ ਕਰਦੀ ਨਹੀਂ ਅਤੇ ਹੁਣ ਆਪਾਂ ਇੱਥੇ ਲਿਡ ਲਾ ਦਿੰਦੇ ਹਾਂ ਮਸਾ ਕਰਕੇ ਇਹ ਆਪਾਂ ਲਸਣ ਕ੍ਰੈਸ਼ ਕਰ ਲਈਏ ਮੈਂ ਇਹਦੇ ਨਾਲ ਕਰ ਲਈ ਜਿਹੜਾ ਆਪਾਂ ਜਿਹਦੇ ਵਿੱਚ ਲਾਚੀਆਂ ਕੁੱਟਦੇ ਹਾਂ ਇਹਦੇ ਨਾਲ ਇੱਦਾਂ ਦਾ ਫੇਰ ਲਈਏ ਇੱਦਾਂ ਹੋ ਗਈ ਅਤੇ ਜਿਵੇਂ ਆਪਾਂ ਦੋਰੀ 'ਚ ਕੁੱਟੀ ਹੁੰਦੀ ਹੈ ਇਹ ਹਰੀਆਂ ਮਿਰਚਾਂ ਵੀ ਆਪਾਂ ਇਹਦੇ ਨਾਲ ਹੀ ਲਸਣ ਦੇ ਇੱਦਾਂ ਕੱਟ ਲੈਣੀਆਂ ਨੇ ਨਾਲ ਹੀ ਐਡ ਕਰ ਦੇਣੀਆਂ ਨੇ ਉਹ ਤੋਂ ਬਾਅਦ ਆਪਾਂ ਪਿਆਜ਼ ਐਡ ਕਰ ਦਿਆਂਗੇ ਅਤੇ ਦਾਲ ਆਪਾਂ ਇੰਨੀ ਕੁੱਕ ਕਰਨੀ ਹੈ ਅਤੇ ਤੜਕਾ ਪਾ ਕੇ ਫਿਰ ਬਾਅਦ 'ਚ ਕੁੱਕ ਕਰਾਂਗੇ ਹੁਣ ਇਹਨੂੰ ਆਪਾਂ ਇੱਧਰ ਰੱਖ ਦਿੰਦੇ ਹਾਂ ਅਤੇ ਇੱਥੇ ਤੜਕਾ ਰੱਖ ਲੈਂਦੇ ਹਾਂ ਇਹਨਾਂ ਆਪਾਂ ਮੀਡੀਅਮ ਹੀਟ 'ਤੇ ਰੱਖ ਦਿੱਤਾ ਜਦੋਂ ਘਿਓ ਐਡ ਕਰਦੇ ਹਾਂ ਦੇਸੀ ਘਿਓ ਪਾਉਣਾ ਦੇਸੀ ਘਿਓ ਤੜਕਾ ਲਾਉਣਾ ਦਾਲ ਨੂੰ ਅਤੇ ਫਿਰ ਆਪਾਂ ਹਾਈ ਹੀਟ ਕਰਾਂਗੇ ਇਹਦੀ ਹੁਣ ਮੈਂ ਹੀਟ ਕਰ ਦੇਣੀ ਹੈ ਹਾਈ ਕਿਉਂਕਿ ਘਿਓ ਪਾ ਲਾਂਗੇ ਘਿਓ ਆਪਾਂ ਥੋੜ੍ਹਾ ਜਿਹਾ ਗਰਮ ਕਰਨਾ ਹੈ ਅਤੇ ਇੰਨਾ ਕੁ ਐਡ ਕਰ ਦਿਆਂਗੇ ਜਿਹੜਾ ਆਪਾਂ ਮੈਜ਼ਰਮੈਂਟ ਵਾਲਾ ਅੱਧਾ ਕੱਪ ਹੈ ਉਹ ਜਿੰਨਾ ਵੀ ਐਡ ਕਰਦੇ ਆਏ ਆ ਨਾ ਉਨਾ ਹੈ ਘਿਓ ਹੈ ਟੇਬਲ ਸਪੂਨ ਦੇ ਆਸ ਪਾਸ ਜੀਰਾ ਹੈ ਬਾਅਦ ਆਪਾਂ ਪਿਆਜ਼ ਐਡ ਕਰ ਦਿੱਤੇ ਨੇ ਵਿੱਚ ਪਿਆਜ਼ ਦੇਖ ਲਓ ਤੁਸੀਂ ਕਿੰਨੇ ਐਡ ਕਰਨੇ ਨੇ ਕਿ ਅਸੀਂ ਜ਼ਿਆਦਾ ਨਹੀਂ ਪਿਆਜ਼ ਐਡ ਕਰਦੇ ਕਿ ਜਿੱਦਾਂ ਜ਼ਿਆਦਾ ਆਪਾਂ ਪਿਆਜ਼ ਐਡ ਕਰ ਲੈਂਦੇ ਕਿ ਜਿਹੜਾ ਟੇਸਟ ਹੈ ਉਹ ਮਿੱਠਾ ਹੋ ਜਾਂਦਾ ਹੈ ਕਿਉਂਕਿ ਆਪਾਂ ਦਾਲ ਬਣਾਉਣੀ ਹੈ ਦਾਲ ਦਾ ਟੇਸਟ ਮਿੱਠਾ ਨਹੀਂ ਕਰਨਾ ਸਿਰਫ ਆਪਾਂ ਮਸਾਲਿਆਂ ਦਾ ਟੇਸਟ ਲੈ ਕੇ ਆਉਣਾ ਅਤੇ ਦਾਲ ਦਾ ਟੇਸਟ ਲੈ ਕੇ ਆਉਣਾ ਵੀ ਰੀਅਲ ਟੇਸਟ ਕੀ ਆਪਾਂ ਰੀਅਲ ਟੇਸਟ ਨੂੰ ਪਕੜਨਾ ਹੈ ਅਤੇ ਨਾ ਕਿ ਆਪਾਂ ਮਸਾਲਿਆਂ ਦੇ ਟੇਸਟ ਨੂੰ ਪਕੜਨਾ ਹੈ ਅਤੇ ਹੁਣ ਇਹ ਆਪਾਂ ਪਿਆਜ਼ ਘੱਟ ਪਾਵਾਂਗੇ ਇਹਦੇ ਵਿੱਚ ਲਸਣ ਦਾ ਹਰੀ ਮਿਰਚ ਦਾ ਜਿਹੜਾ ਟੇਸਟ ਹੈ ਅਤੇ ਉਹ ਦਾਲ ਪਕੜੇਗੀ ਅਤੇ ਜੇ ਆਪਾਂ ਜ਼ਿਆਦਾ ਵਿੱਚ ਪਿਆਜ਼ ਐਡ ਕਰਦੇ ਨੇ ਤਾਂ ਫਿਰ ਉਹ ਜ਼ਿਆਦਾ ਪਿਆਜ਼ ਉਹਦਾ ਹੀ ਟੇਸਟ ਵਿੱਚੋਂ ਆ ਜਾਏਗਾ ਮਿੱਠਾ ਹੋ ਜਾਏਗੀ ਦਾਲ ਤਾਂ ਹੁਣ ਆਪਾਂ ਟਮਾਟਰ ਜਿਹੜੇ ਕੱਟੇ ਆ ਉਹ ਐਡ ਕਰ ਦਿੰਦੇ ਹਾਂ ਵੈਸੇ ਮੈਂ ਤਾਂ ਟਮਾਟਰ ਪਾਉਂਦੀ ਨਹੀਂ ਹੁੰਦੀ ਮੈਂ ਤੁਹਾਨੂੰ ਦੱਸਣ ਵਾਸਤੇ ਟਮਾਟਰ ਪਾਇਆ ਮੈਂ ਤਾਂ ਸਿਰਫ ਲਸਣ ਹਰੀ ਮਿਰਚ ਅਤੇ ਅਦਰਕ ਦਾ ਤਿੰਨਾਂ ਚੀਜ਼ਾਂ ਦਾ ਤੜਕਾ ਲਾਉਂਦੀ ਹਾਂ ਜੇ ਤੁਸੀਂ ਉਹ ਵਾਲੀ ਦਾਲ ਦੇਖਣੀ ਹੈ ਇੱਕ ਤਾਂ ਸੂਪ ਟੈਪ ਅਤੇ ਤੁਸੀਂ ਮੈਨੂੰ ਕਮੈਂਟ 'ਚ ਲਿਖਿਓ ਜ਼ਰੂਰ ਮੈਂ ਤੁਹਾਨੂੰ ਦਿਖਾਵਾਂਗੀ
इनू आप मिनट कुक करना है, 5 मिनट कुक करना है कि टमाटर पाया, टमाटर आप गालना है चंगी तरह भुनना है, फिर जो चंगी तरह भुजेगा फिर मैं तुम्हें दसागे आप मसाला ऐड किया है, क्योंकि मसाला तो कोई होर ऐड नहीं करना, अपना पंजाबी पंजाब का धनिया अपनी शान वो ऐड करना बिच, दैट्स इट। थोड़ा जहा गर्म मसाला ऐड करा, देखो हो गया तड़का जरा कुक हो गया अपना, बिल्कुल टमाटर खिंच गया, तो जो भी तुम बनानी है दाल इस तरह टमाटर खिंचा होना चाहिए घोले नहीं तो दाल के वक्रा वक्रा टमाटर दिखा लेना तड़का, तड़का दाल च ना वक्रा नहीं दिखना चाहिए। तो हम आप कर लें मसाले सुखे ऐड ए वाला जो टेबल स्पून है मैं ऐड कर लगी हूँ धनिया पाउडर का, हाफ कर लगी है गर्म मसाले का, चेक करांगे जे नमक ते मिर्च घट हुई फिर होर ऐड कर लांगे, क्योंकि ये बच्चे ज्यादा नहीं खाते है, जो खा लें नहीं ज्यादा खाते। दाल आप इतने गैस से धर दी तो ये हम तड़का ऐड कर देना, कुक करांगे माड़ा जहा, ये हम तड़का ऐड हो गया है, 2 मिनट तो लैके आप 3 मिनट तक कुक करांगे, तो उस तो बाद फिर आप प्लेटिंग करने हरा धनिया ऐड करते हैं, फिर मैं तुम्हें दस दी हाँ। तो मैं थोड़ा जा होर नमक ऐड किया, तो नमक अपने स्वाद अनुसार चेक करके नमक पाना है, मिर्च नहीं पाई, तो हम ढक दें। दाल देखो हो गई अपनी कुक एकदम कितनी वधिया बन गई समूद, तो हम आप प्लेटिंग कर लें, धनिया हरा ऐड कर दिता है, वेखो ढाबे स्टाइल आप दाल तैयार कर दी है, तो बनाए हुए जरूर तो खाए जरूर, तो बहुत वधिया है, तुसी भावें इनू खाओ चावलों नाल भावें सिंपल रोटी नाल खाओ। तो यह आप रोगन वाला तड़का थोड़ा जिहा बनाया, क्योंकि यह होल मिर्च तो घ्यो दे विच आप देगी नहीं कश्मीरी मिर्च जिहड़ी है उहदा कलर वास्ते तड़का लाया, होर आप कुछ नहीं, भी तुसी सोचोगे भी की उपर, तो मैं दस दिनी तुहानूं क्योंकि आप दिखाया नहीं सी हैगा। यह ढाबे स्टाइल आप बनाई है, क्योंकि इहदे विच मैं ढाबे स्टाइल जदों बनाने इहदे विच लसण भी पैंदी है, अदरक भी पैंदी है, थोड़ा जहा उत्ते प्याज भी पैंदा, दोबारे फिर तड़का लगता है, क्योंकि फिर हैवी तड़का आ जाता, मैं इस करके नहीं बनाया है, तो हूँ यह मेरे बच्चे खाने लगे ने, मैं भी खाने लगी हूँ, असं इंजॉय कर लगे हैं, तो तुम भी बनाए जे तो खाए जे इंजॉय करो जे। बहुत बहुत थैंक यू कर दी हूँ टाइम कढ़ के तुम मेरी वीडियो इंजॉय की है, तो जे तुम चैनल उत्ते नवे हो तो चैनल सबसक्राइब करो जे, तो बैल का आईकोन बजाना ना भुल्यो जे, आने वाली वीडियो का नोटिस तुम पहला पता लगेगा सब तो, कमेंट में दसो जी मैनू तुहानू अज वाली वीडियो किवें जी लगी है, तो सब का मैं बहुत बहुत थैंक यू करांगी जिन्हें भी मेरे व्यूज है, तो अगली रैसपी लैके फिर हाजिर होवांगे, तब तक सारे सत श्री अकाल बाय।